ਸੰਗਰੂਰ ਦਾ ਫਤਿਹਵੀਰ ਜਿਸ ਦੀ ਕਿ ਮੌਤ ਨਾਲ ਹਲੇ ਵੀ ਜੰਗ ਲਗਾਤਾਰ ਜਾਰੀ ਹੈ 90 ਘੰਟਿਆਂ ਤੋਂ ਜ਼ਿਆਦਾ ਸਮਾਂ ਬੀਤ ਚੁੱਕਾ ਹੈ ਪਰ ਫਤਿਹਵੀਰ ਹਲੇ ਵੀ ਬੋਰਵੈਲ ਦੇ ਵਿੱਚ ਹੀ ਫਸਿਆ ਹੋਇਆ ਦੱਸਦੀ ਕਿ ਫਤਿਹਵੀਰ ਦਾ ਅੱਜ ਜਨਮ ਦਿਨ ਵੀ ਹੈ ਅਤੇ ਆਪਣੇ ਜਨਮ ਦਿਨ ਦੇ ਮੌਕੇ ਉਹ ਬੋਰਵੈਲ ਦੇ ਵਿੱਚ ਫਸਿਆ ਹੋਇਆ ਉਸ ਦੀ ਸਲਾਮਤੀ ਦੇ ਲਈ ਹਰ ਪਾਸੇ ਅਰਦਾਸਾਂ ਕੀਤੀਆਂ ਜਾ ਰਹੀਆਂ ਨੇ ਲੋਕਾਂ ਵੱਲੋਂ ਦੁਆਵਾਂ ਮੰਗੀਆਂ ਜਾ ਰਹੀਆਂ ਨੇ ਫਤਿਹਵੀਰ ਨੂੰ ਬਾਹਰ ਕੱਢਣ ਦੇ ਲਈ ਰੈਸਕਿਊ ਆਪਰੇਸ਼ਨ ਵੀ ਲਗਾਤਾਰ ਜਾਰੀ ਹੈ ਉਧਰ ਡਾਕਟਰਾਂ ਦੀਆਂ ਵਿਸ਼ੇਸ਼ ਟੀਮਾਂ ਵੀ ਤਿਆਰ ਨੇ इस मौके जिथे प्रशासन दे वल्लों लगातार फतेहवीर नूं बाहर कढ़न दीआं कोशिशां कीतीआं जा रहीआं ने उत्थे दूसरे पासे लोकां दा गुस्सा वी वेखण नूं मिल रहा है क्योंकि लोकां दा कहना है कि चार दिन बीत जाण दे बावजूद अते पंचवें दिन दे वी कई घंटे बीत जाण दे बावजूद भी हले तक फतेहवीर नूं बाहर नहीं कढ़िआ गया आखिर प्रशासन हुण तक कर की रहा है ਉਹਨਾਂ ਦਾ ਕਹਿਣਾ ਹੈ ਕਿ ਜੇਕਰ ਕਿਸੇ ਵੀ ਮੰਤਰੀ ਦਾ ਬੱਚਾ ਹੁਣ ਤੱਕ ਬੋਰਵੈਲ ਦੇ ਵਿੱਚ ਟਿਕਿਆ ਹੁੰਦਾ ਤਾਂ ਉਸ ਨੂੰ ਮਹਿਜ਼ 2 ਘੰਟੇ ਜਾਂ ਫਿਰ 2 ਦਿਨ ਦੇ ਵਿੱਚ ਬਾਹਰ ਕੱਢਿਆ ਜਾਣਾ ਸੀ ਪਰ ਪ੍ਰਸ਼ਾਸਨ ਹਾਲੇ ਤੱਕ ਸੁੱਤਾ ਪਿਆ ਭਾਵੇਂ ਕਿ ਉਸ ਦੇ ਵੱਲੋਂ ਕਾਰਜ ਕੀਤੇ ਜਾ ਰਹੇ ਨੇ ਪਰ ਲੋਕਾਂ ਦੇ ਵੱਲੋਂ ਪ੍ਰਸ਼ਾਸਨ ਦੀ ਕਾਰਗੁਜ਼ਾਰੀ ਤੇ ਕਈ ਤਰ੍ਹਾਂ ਦੇ ਸਵਾਲ ਨਿਸ਼ਾਨ ਖੜੇ ਕੀਤੇ ਜਾ ਰਹੇ ਨੇ ਤੇ ਲੋਕਾਂ ਦਾ ਕਹਿਣਾ ਹੈ ਕਿ ਪ੍ਰਸ਼ਾਸਨ ਦੇ ਵੱਲੋਂ ਢਿੱਲੀ ਕਾਰਗੁਜ਼ਾਰੀ ਕੀਤੀ ਜਾ ਰਹੀ ਹੈ ਉਧਰ ਹਾਲੇ ਤੱਕ ਮਾਸੂਮ ਫਤਿਹਵੀਰ ਜ਼ਿੰਦਗੀ ਅਤੇ ਮੌਤ ਦੀ ਜੰਗ ਲੜ ਰਿਹਾ ਹੈ ਅਤੇ ਬੋਰਵੈਲ ਦੇ ਵਿੱਚ ਫਸਿਆ ਹੋਇਆ ਹੈ ਜੇਕਰ ਅਧਿਕਾਰੀਆਂ ਤੋਂ ਪੁੱਛਿਆ ਜਾਂਦਾ ਹੈ ਤਾਂ ਉਹ ਕਹਿੰਦੇ ਨੇ ਕਿ ਸਿਰਫ ਮਹਿਜ਼ ਕੁਝ ਟਾਈਮ ਦੇ ਵਿੱਚ ਹੀ ਫਤਿਹਵੀਰ ਨੂੰ ਬਾਹਰ ਕੱਢ ਲਿਆ ਜਾਵੇਗਾ ਪਰ ਉਹ ਥੋੜਾ ਸਮਾਂ ਕਦੋਂ ਆਵੇਗਾ ਇਹ ਤਾਂ ਆਖਰ ਆਉਣ ਵਾਲਾ ਵਕਤ ਹੀ ਦੱਸੇਗਾ ਪਰ ਇੰਨਾ ਜ਼ਰੂਰ ਹੈ ਕਿ ਫਤਿਹਵੀਰ ਨੂੰ ਜਿੱਥੇ ਬਚਾਉਣ ਦੀਆਂ ਕੋਸ਼ਿਸ਼ਾਂ ਜਾ ਰਹੀਆਂ ਨੇ ਉੱਥੇ ਹੁਣ ਲੋਕਾਂ ਦੇ ਵੱਲੋਂ ਅਰਦਾਸਾਂ ਵੀ ਕੀਤੀਆਂ ਜਾ ਰਹੀਆਂ ਨੇ ਕਿ ਜਲਦ ਤੋਂ ਜਲਦ ਫਤਿਹਵੀਰ ਇਸ ਬੋਰਵੈਲ ਦੇ ਵਿੱਚੋਂ ਬਾਹਰ ਆਵੇ ਅਤੇ ਆਪਣੇ ਮਾਤਾ ਪਿਤਾ ਦੀ ਗੋਦੀ ਦੇ ਵਿੱਚ ਫਿਰ ਤੋਂ ਹੱਸੇ ਖੇਡੇ ਤੇ ਕਿਲਕਾਰੀਆਂ ਮਾਰੇ ਕਹਿਣਾ ਸੀ ਇਹ ਕਰ ਰਹੇ ਵੀ ਇੰਨੇ ਦਿਨ ਕਿਉਂ ਲੱਗ ਰਹੇ ਨੇ ਇੰਨੇ ਦਿਨ ਕਿਉਂ ਲੱਗ ਇੰਨਾ ਟਾਈਮ ਕਿਉਂ ਲੱਗ ਰਹੇ ਨੇ ਇੰਨਾ ਟਾਈਮ ਕਿਉਂ ਲੱਗ ਰਿਹਾ ਉਹਨੂੰ ਜਵਾਕ ਨੂੰ ਕੱਢਣ ਵਾਸਤੇ ਉਹ ਸਾਨੂੰ ਤਾਂ ਇੰਨਾ ਟਾਈਮ ਫਿਰ ਕਿ ਲੱਗਦਾ ਨਹੀਂ ਨਾ ਹੈਗਾਗਾ ਟਾਈਮ ਨਹੀਂ ਲੱਗਣਾ ਚਾਹੀਦਾ ਇੰਨਾ 5 ਦਿਨ ਹੋ ਗਏ ਇਹ ਕਿਉਂ ਕਰਦੇ ਨੇ ਇਹ ਅਗਲੇ ਦਾ ਘਰ ਜਾਂਦਾ ਉਹਦੀ ਮਦਦ ਕਰ ਸਕਦੇ ਕਿਉਂ ਘਰ ਵਿਗਾੜਦੇ ਨੇ ਕਿਸੇ ਦਾ ਵੱਜ ਜਾਣ ਬੱਚੇ ਦੇ ਹਿੰਮਤ ਦਰਦ ਜਾਏ ਉਹਨੂੰ ਕਢਾਓ